ਵਧੀਆ ਹੀ ਸਮਾਤਾ ਰੱਖਣ ਵਾਲੇ ਦੋਸਤਾਂ ਨੂੰ ਤੇ ਖਲੂਸ ਭਰਿਆ ਮੇਰੇ ਵੱਲੋਂ ਸਲਾਮ, ਸਤਿ ਸ੍ਰੀ ਅਕਾਲ ਤੇ ਨਮਸਤੇ। ਮਿੱਤਰੋ, ਵੀਰੋ, ਭਰਾਓ, ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਸੁੱਚੀਆਂ ਗੱਲਾਂ ਤੇ ਮੈਂ ਤੁਹਾਡਾ ਮੇਜ਼ਬਾਨ ਸਰਦਾਰ ਹੈਦਰ ਅਲੀ। ਤੇ ਅੱਜ ਅਸੀਂ ਪੰਜਾਬ ਦੇ ਲੋਕ ਵਿਰਸੇ ਤੇ ਗੱਲ ਕਰਾਂਗੇ। ਗੱਲ ਇੰਝ ਕਿ ਜਿੱਥੇ ਹੋਣ ਕਦੂਰਤਾਂ, ਲਹੂ ਵਿੱਚ ਰੰਗੀਆਂ ਮੂਰਤਾਂ, ਡੈਣਾ ਵਾਂਗੂ ਸੂਰਤਾਂ, ਬੰਦੇ ਖਾਣ ਜ਼ਰੂਰਤਾਂ, ਕਿਸੇ 'ਤੇ ਇਤਬਾਰ ਨਹੀਂ ਰਹਿੰਦਾ, ਉੱਥੇ ਬਹੁਤਾ ਪਿਆਰ ਨਹੀਂ ਰਹਿੰਦਾ, ਉੱਥੇ ਬਹੁਤਾ ਪਿਆਰ ਨਹੀਂ ਰਹਿੰਦਾ। ਜਿੱਥੇ ਹੋਣ ਹਨੇਰੀਆਂ, ਗਿਰਜਾਂ ਪਾਵਨ ਫੇਰੀਆਂ, ਛਾਵਾਂ ਜਾਵਨ ਘੇਰੀਆਂ, ਵੱਟੇ ਖਾਵਨ ਬੇਰੀਆਂ, ਇੱਕ ਵੀ ਸੰਘਣਾ ਰੁੱਖ ਨਹੀਂ ਰਹਿੰਦਾ, ਇੱਕ ਵੀ ਸੰਘਣਾ ਰੁੱਖ ਨਹੀਂ ਰਹਿੰਦਾ, ਉੱਥੇ ਚੈਨ ਅਤੇ ਸੁੱਖ ਨਹੀਂ ਰਹਿੰਦਾ, ਉੱਥੇ ਚੈਨ ਅਤੇ ਸੁੱਖ ਨਹੀਂ ਰਹਿੰਦਾ। ਅਤੇ ਜਿੱਥੇ ਹੋਣ ਜ਼ਲਾਲਤਾਂ, ਬੱਗੇ ਲਾਵਨ ਅਦਾਲਤਾਂ, ਕਾਂ ਪੇ ਕਰਨ ਵਕਾਲਤਾਂ, ਸਭ ਨੂੰ ਮਿਲਣ ਜ਼ਲਾਲਤਾਂ, ਦਿਲ ਦਾ ਸ਼ੀਸ਼ਾ ਸਾਫ਼ ਨਹੀਂ ਰਹਿੰਦਾ, ਉੱਥੇ ਫਿਰ ਇਨਸਾਫ਼ ਨਹੀਂ ਰਹਿੰਦਾ, ਉੱਥੇ ਫਿਰ ਇਨਸਾਫ਼ ਨਹੀਂ ਰਹਿੰਦਾ। ਜਿੱਥੇ ਹੋਣ ਮਕਾਰੀਆਂ, ਜ਼ੇਹਨਾਂ ਵਿੱਚ ਬਿਮਾਰੀਆਂ, ਦਿਲ 'ਤੇ ਚੱਲਣ ਆਰੀਆਂ, ਧੋਖੇ ਦੇਵਨ ਯਾਰੀਆਂ, ਕੋਈ ਕਿਸੇ ਦੇ ਨਾਲ ਨਹੀਂ ਰਹਿੰਦਾ, ਉੱਥੇ ਫਿਰ ਕੋਈ ਹਾਲ ਨਹੀਂ ਰਹਿੰਦਾ, ਉੱਥੇ ਫਿਰ ਕੋਈ ਹਾਲ ਨਹੀਂ ਰਹਿੰਦਾ। ਜਿੱਥੇ ਹੋਣ ਮਕਾਲੀਆਂ, ਰੁੱਤਾਂ ਬਾਰਾਂ ਤਾਲੀਆਂ, ਗੰਦੇ ਜ਼ਿਹਨਾਂ ਵਾਲੀਆਂ, ਗੱਲਾਂ ਜਾਵਨ ਪਾਲੀਆਂ, ਆਸਾਂ ਉੱਤੇ ਬੋਰ ਨਹੀਂ ਰਹਿੰਦਾ, ਉੱਥੇ ਕੋਈ ਦਸਤੂਰ ਨਹੀਂ ਰਹਿੰਦਾ, ਦਿਲ ਦਾ ਸ਼ੀਸ਼ਾ ਸਾਫ਼ ਨਹੀਂ ਰਹਿੰਦਾ, ਦਿਲ ਦਾ ਸ਼ੀਸ਼ਾ ਸਾਫ਼ ਨਹੀਂ ਰਹਿੰਦਾ। ਇਸੀ ਪ੍ਰੋਗਰਾਮ ਸੁੱਚੀਆਂ ਗੱਲਾਂ 'ਤੇ ਮੈਂ ਤੁਹਾਡਾ ਮੇਜ਼ਬਾਨ ਸਰਦਾਰ ਹੈਦਰ ਅਲੀ। ਇਹਦੇ ਨਾਲ ਹੀ ਮੈਨੂੰ ਇਜਾਜ਼ਤ ਦਵੋ, ਆਪਣਾ ਤਾਂ ਆਪਣਿਆਂ ਦਾ ਬਹੁਤ ਜ਼ਿਆਦਾ ਖਿਆਲ ਰੱਖਿਓ। ਅੱਲਾ ਨਿਗਹਿਬਾਨ।